ਹਾਂਜੀ ਸਟੂਡੈਂਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਰਿਜ਼ਲਟ ਜਿਹੜਾ ਵਾ ਅਨਾਉਂਸ ਕਰ ਦਿੱਤਾ ਗਿਆ ਮੈਰਿਟ ਲਿਸਟਾਂ ਜਾਰੀ ਹੋਏ ਨੇ ਤੇ ਬਾਕੀ ਵਿਦਿਆਰਥੀਆਂ ਦਾ ਰਿਜ਼ਲਟ ਕਦੋਂ ਆਊਗਾ ਉਹ ਵੀ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ हां जी दोस्तों सबसे पहला मेरिट लिस्ट 'ਤੇ ਇੱਕ ਨਿਗਾਹ ਮਾਰ ਲੈਨੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਜਿਹੜੇ ਬੱਚਿਆਂ ਨੂੰ ਟੌਪ 14 ਦੇ ਵਿੱਚ ਰੱਖਿਆ ਗਿਆ ਪਹਿਲੇ 14 ਰੈਂਕ ਜਿਹੜੇ ਨੇ ਕੱਢੇ ਗਏ ਨੇ ਸੀ ਪਹਿਲੇ ਹੀ ਜਾਣਦੇ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਕਮਪ੍ਰੀਤ ਸਿੰਘ ਸੁੱਚਾ ਸਿੰਘ ਜੋ ਉਹਨਾਂ ਦੇ ਪਿਤਾ ਜੀ ਦਾ ਨਾਮ ਆ ਤੇ ਉਹ ਬੀਸੀਐਮ ਸੀਨੀਅਰ ਸਕੰਡਰੀ ਸਕੂਲ ਦੇ ਵਿਦਿਆਰਥੀ ਨੇ ਜਮਾਲਪੁਰ ਕਲੋਨੀ ਲੁਧਿਆਣਾ ਦੇ ਜਿਨ੍ਹਾਂ ਨੇ 500 ਦੇ ਵਿੱਚੋਂ 500 ਨੰਬਰ ਲਏ ਨੇ ਤਾਂ ਜਿਹੜੇ ਸੈਕੰਡ ਨੇ ਉਹ ਵੀ ਉਹਨਾਂ ਦੇ 500 ਦੇ ਵਿੱਚੋਂ 500 ਨੇ ਪਰ ਉਹਨਾਂ ਦੀ ਡੇਟ ਆਫ ਬਰਥ ਦੇ ਨਾਮ ਦੇ ਹਿਸਾਬ ਦੇ ਅੱਖਰ ਦੇ ਹਿਸਾਬ ਨਾਲ ਉਹਨੂੰ ਸੈਕਿੰਡ ਪੋਜੀਸ਼ਨ ਤੇ ਰੱਖਿਆ ਗਿਆ ਸਨ ਦੇ ਹਿਸਾਬ ਨਾਲ ਵੀ ਉਹਨਾਂ ਨੂੰ ਸੈਕਿੰਡ ਪੋਜੀਸ਼ਨ ਤੇ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ 100% ਨੰਬਰ ਇਹਨਾਂ ਦੋਨਾਂ ਪੋਜੀਸ਼ਨਾਂ ਵਾਲੇ ਸਟੂਡੈਂਟਸ ਦੇ ਆਏ ਨੇ ਉਸ ਵਾਰ ਅਸ਼ਵਨੀ ਨੇ ਉਸ ਤੋਂ ਬਾਅਦ ਤੀਜਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਚੌਥੀ ਪੋਜੀਸ਼ਨ ਤੇ ਅਸ਼ਵਨੀ ਤੋਂ ਬਾਅਦ ਜਿਹੜੀ ਚੇਤਨਾ ਰਾਣੀ ਨਾਇਕ ਆਏ ਨੇ ਤੇ ਬਾਕੀ ਮੈਰਿਟ ਲਿਸਟ ਤੁਸੀਂ ਦੇਖ ਲਿਓ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਉੱਥੋਂ ਡਾਊਨਲੋਡ ਕਰ ਲਿਓ ਤੇ ਹੁਣ ਅਸੀਂ ਗੱਲ ਕਰਦੇ ਹਾਂ ਬਾਕੀ ਵਿਦਿਆਰਥੀਆਂ ਦੇ ਰਿਜ਼ਲਟ ਦੀ ਤਾਂ ਬਾਕੀ ਵਿਦਿਆਰਥੀਆਂ ਦਾ ਰਿਜ਼ਲਟ ਜਿਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਸਾਈਟ ਦੇ ਉੱਪਰ ਉੱਥੋਂ ਜਾ ਕੇ ਦੇਖ ਸਕਣਗੇ ਜਾਨਕਿ ਇਹਦੇ ਬਾਕੀ ਵਿਦਿਆਰਥੀਆਂ ਦੇ ਰਿਜ਼ਲਟ ਆ ਉਹ ਅੱਜ ਨਹੀਂ ਬਲਕਿ ਕੱਲ ਸਵੇਰੇ 10 ਵਜੇ ਤੋਂ ਬਾਅਦ ਦੇਖਿਆ ਜਾ ਸਕੇਗਾ ਪ੍ਰੋਪਰਲੀ ਤਰੀਕੇ ਨਾਲ ਲੇਕਿਨ ਸਾਈਟ ਜਿਹੜੀ ਆ ਬੜੀ ਲੋਡ ਆਏਗੀ ਕਿਉਂਕਿ ਲੱਖਾਂ ਵਿਦਿਆਰਥੀਆਂ ਨੇ ਆਪਣਾ ਰਿਜ਼ਲਟ ਦੇਖਣਾ ਹੈ ਤੇ ਸਾਈਟ ਜਿਹੜੀ ਪ੍ਰੋਪਰਲੀ ਤੁਹਾਨੂੰ 10 12 ਵਜੇ ਦੇਖਣ ਨੂੰ ਮਿਲ ਜੇਗੀ ਜਦੋਂ ਇਹ ਸਬੰਧੀ ਕੋਈ ਜਾਣਕਾਰੀ ਆਉਂਦੀ ਹੈ ਮੈਂ ਜਰੂਰ ਵੀਡੀਓ ਲੈ ਕੇ ਆਉਂਗਾ ਤੇ ਹੁਣ ਮੈਰਿਟ ਲਿਸਟ ਤੁਸੀਂ ਪੂਰੀ ਚੈੱਕ ਕਰ ਲਓ ਜੇਕਰ ਤੁਹਾਡੇ ਦੋਸਤ ਵਿੱਚ ਜਾਂ ਤੁਹਾਡਾ ਆਪਣਾ ਨਾਮ ਆ ਦੱਸਿਓ ਤੇ ਬਾਕੀ ਜਿਹੜੇ ਆਮ ਵਿਦਿਆਰਥੀ ਨੇ ਉਹ ਆਪਣਾ ਰਿਜ਼ਲਟ ਕੱਲ 10:11 ਵਜੇ ਦੇਖ ਸਕਣਗੇ ਇਨਿਕ ਜਾਣਕਾਰੀ ਵਧੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਧੰਨਵਾਦ